ਮੈਂ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਡਾਕਟਰ ਆਗਿਆਪਾਲ ਵਰਮਾ ਜੀ। ਮੇਰਾ ਕਲੀਨਿਕ ਅੱਡੇ 'ਤੇ ਜੀ, ਜੇ ਕੋਈ ਰਾਤ ਨੂੰ ਐਮਰਜੈਂਸੀ ਆਉਂਦੀ ਹੈ ਮੈਂ ਦੇਖਦਾ ਜੀ, ਕੋਈ ਵੀ ਜ਼ਿਆਦਾ ਤਕਲੀਫ ਹੋਵੇ ਗੇਟ ਖੋਲ ਲਈਦਾ ਜੀ। ਅੱਜ ਵੀ ਸੁਬਹਾ 4 ਵਜੇ ਗੇਟ ਨੌਕ ਹੋਇਆ ਅਤੇ ਬੈੱਲ ਵੱਜੀ, ਮੈਂ ਗੇਟ ਖੋਲਿਆ ਜੀ, ਉਹ 4 ਬੰਦੇ ਮੂੰਹ ਬੰਨੇ ਹੋਏ ਸੀਗੇ ਜੀ, ਉਹਨੇ 2 ਪੱਗ ਵਾਲੇ 2 ਮੋਨੇ ਸੀਗੇ ਜੀ, ਅਤੇ ਇੱਕ ਗੋਰਾ ਜਿਹਾ ਮੁੰਡਾ ਸੀ, ਇੱਕ ਪੱਗ ਪੱਕੇ ਰੰਗ ਦਾ ਸੀਗਾ ਜੀ। ਅਤੇ ਮੈਂ ਜੋ ਦੇਖਿਆ ਚਿੱਟਾ ਚਿੱਟੇ ਪਰ ਰੁਮਾਲ ਨਾਲ ਮੂੰਹ ਬੰਨਿਆ, ਅਤੇ ਮੈਂ ਫੋਰਸਲੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦਰਵਾਜ਼ਾ, ਤਾਂ ਕਿ ਬੰਦੇ ਗਲਤ ਲੱਗਦੇ, ਪਰ ਉਹਨਾਂ ਨੇ ਫੋਰਸਲੀ ਦਰਵਾਜ਼ਾ ਖੋਲ੍ਹ ਕੇ ਮੈਨੂੰ ਬੈੱਡ 'ਤੇ ਸੁੱਟ ਲਿਆ ਅਤੇ ਮੇਰੇ ਸਿਰ ਲੋਹੇ ਦੀਆਂ ਰਾੜਾਂ ਮਾਰੀਆਂ। ਉਸ ਤੋਂ ਬਾਅਦ ਮੈਨੂੰ ਖਿੱਚ ਕੇ ਅੰਦਰ ਲੈ ਗਏ, ਮੇਰੀ ਵਾਈਫ ਨੂੰ ਗੋਲਡ ਖੋਇਆ, ਨਾਲੇ ਗਲੇ 'ਚ ਵੀ, ਹੱਥ 'ਚ ਵੀ ਚੈਨੀ ਜੋ ਵੀ ਹੈ ਨਾ, ਕੰਨ 'ਚ ਜੋ ਪਾਇਆ ਸੀ ਲਾ ਲਿਆ, ਔਰ ਮੇਰੇ ਬੇਟਾ ਰੌਲਾ ਪਾਉਣ ਲੱਗਾ, ਇਹਨਾਂ ਦੇ ਮੂੰਹ 'ਤੇ ਮਾਰੀਆਂ ਸੱਟਾਂ। ਮੇਰੀ ਬੇਟੀ ਨੂੰ ਵੀ ਚੈਨੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਭੱਜ ਕੇ ਅੰਦਰ ਦਰਵਾਜ਼ਾ ਬੰਦ ਕਰ ਲਿਆ, ਬਚਾ ਹੋ ਗਿਆ। ਫਿਰ ਉਸ ਤੋਂ ਬਾਅਦ ਸਾਰੇ ਉੱਠ ਖੜੇ, ਰੌਲਾ ਰੁਲਾ ਪਾਇਆ, ਫਿਰ ਭੱਜ ਗਏ। ਉਹਨਾਂ 'ਚ ਇੱਕ ਪਰਸਨ ਬਾਅਦ 'ਚ ਰਹਿ ਗਿਆ ਸੀ, ਜਿਹੜਾ ਕਿ ਸਾਡੇ ਦੂਜੇ ਦਰਵਾਜ਼ੇ ਵਿੱਚ ਹੀ ਆਪਦੇ ਆਪ ਨਿਕਲ ਗਿਆ। ਪਹਿਚਾਣ ਚਾਹ ਰਹੇ ਕੌਣ ਸੀ? ਨਹੀਂ, ਅਜੇ ਅਜੇ ਕੋਈ ਪਹਿਚਾਣ ਸਾਨੂੰ ਨਹੀਂ ਆਉਂਦੀ। ਪਹਿਲਾਂ ਵੀ ਆਇਆ ਸੀ? ਨਹੀਂ, ਅੱਜ ਤੋਂ ਪਰਸ ਇੱਕ ਦਿਨ ਪਹਿਲਾਂ ਆਏ ਸੀ 2 ਆਦਮੀ, ਉਹ ਸੇਮ ਹੀ ਸੀਗੇ ਜਿਹੜੇ ਮੈਨੂੰ ਫਰੰਟ 'ਤੇ ਪਹਿਲਾਂ ਪਏ ਆ। 4 ਵਜੇ ਆ ਕੇ ਦਵਾਈ ਲੈ ਕੇ ਚਲੇ ਗਏ ਸੀਗੇ ਜੀ। ਅੱਜ ਵੀ ਦਵਾਈ ਲੈਣ ਦੇ ਬਾਰੇ ਆਏ? ਅੱਜ ਵੀ ਦਵਾਈ ਲੈਣ ਦੇ ਨਾਲ ਹੀ ਆਏ ਸੀ, ਅਤੇ ਇੱਕਦਮ ਹੀ ਉਹਨਾਂ ਨੇ ਮੇਰੇ 'ਤੇ ਰਿਐਕਟ ਕਰਕੇ ਮੇਰੇ ਸੱਟਾਂ ਮਾਰੀਆਂ, ਨਾਲੇ ਪਰਿਵਾਰ ਦੇ ਖੋਹ ਖਿੱਚ ਕੀਤੀ, ਉਹਨਾਂ ਨੇ ਨੁਕਸਾਨ ਕੀਤਾ। ਕਿੰਨਾ ਨੁਕਸਾਨ ਹੋਇਆ? ਨੁਕਸਾਨ ਹੈਗਾ 3-3 ਤੋਲੇ ਦਾ ਨੁਕਸਾਨ ਹੈ ਜੀ। ਇੱਕ ਕੋਲ ਰਿਵਾਲਵਰ ਸੀਗਾ, ਇੱਕ ਕੋਲ ਲੋਹੇ ਦੀ ਰਾੜ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਨੀਸ਼ ਹੈ। ਮਨੀਸ਼, ਕੀ ਗੱਲ ਹੋਈ ਅੱਜ ਘਰੇ? ਅਨੀਸ਼ ਅਨੀਸ਼ ਹੈ ਜੀ। ਅਨੀਸ਼ ਜੀ, ਕੀ ਗੱਲ ਹੋਈ ਤੁਹਾਡੇ ਘਰੇ? ਸਾਡੇ ਘਰੇ ਅੱਜ ਸਰ ਅੱਜ ਵਾਰਦਾਤ ਹੋਈ ਕਿ ਹੈ ਨਾ, ਚੋਰ ਆ ਗਏ ਸਾਡੇ ਘਰੇ, ਕਿ ਹੈ ਨਾ, ਆਏ ਤਾਂ ਪਰਪਸ ਸੀਗਾ ਕਿ ਕੁਛ ਲੁੱਟ ਕੇ ਲੈ ਕੇ ਜਾਣ, ਉਹ ਲੁੱਟ ਵੀ ਗਏ ਜੇ। ਠੀਕ ਹੈ, ਉਹ ਆਏ ਸੀਗੇ 4:15 ਦੇ ਕਰੀਬ ਆਏ ਸੀਗੇ ਮੋਰਨਿੰਗ AM 'ਤੇ। ਠੀਕ ਹੈ, ਯਾਨੀ ਕਿ ਹੈ ਨਾ, ਇੱਕ ਆਇਆ ਸੀਗਾ ਅਤੇ ਉਹਨੇ ਗੇਟ ਖੜਕਾਇਆ, ਠੀਕ ਹੈ, ਅਤੇ ਬਾਕੀ 3 ਇੱਥੇ ਆ ਕੇ ਖੜ ਗਏ ਸੀਗੇ, ਪਿੱਲਰ ਦੇ ਪਿੱਛੇ ਆ ਕੇ ਖੜ ਗਏ ਸੀਗੇ, ਅਤੇ ਇੱਕ ਨੇ ਗੇਟ ਖੜਕਾ ਕੇ ਰੀਜ਼ਨ ਇਹ ਦੇ ਰਿਹਾ ਸੀਗੇ ਕਿ ਹੈ ਨਾ, ਮੰਮੀ ਸਾਡੀ ਬਿਮਾਰ ਹੈ ਅਤੇ ਛੇਤੀ ਸਰ ਡਾਕਟਰ ਗੇਟ ਖੋਲ੍ਹ ਦਿਉ, ਕਿ ਮੰਮੀ ਨੇ ਢਿੱਲੇ ਜ਼ਿਆਦਾ ਨੇ। ਠੀਕ ਹੈ, ਅਤੇ ਪਾਪਾ ਨੇ ਵੀ ਕਾਲੀ ਕਾਲੀ ਦੇ ਵਿੱਚ ਪੇਸ਼ੈਂਟ ਢਿੱਲਾ, ਉਹ ਗੇਟ ਖੋਲ੍ਹਤਾ, ਅਤੇ ਤਾਂ ਉਸ ਦੇ ਨਾਲ ਜਾਣੀ ਕਿ ਪਾਪਾ ਨੇ ਜਦੋਂ ਦੇਖਿਆ ਕਿ ਹਾਂਜੀ ਉਹ ਬਾਹਰ ਖੜ੍ਹੇ ਨੇ ਲੋਕ, ਠੀਕ ਹੈ, ਮੂੰਹ ਲੁਕੋ ਕੇ, ਅਤੇ ਉਹਨਾਂ ਦੇ ਬੰਨਿਆ ਹੋਇਆ ਸੀਗਾ ਰੁਮਾਲ ਬੰਨਿਆ ਹੋਇਆ ਸੀਗਾ ਫੇਸ 'ਤੇ, ਅਤੇ ਤਾਂ ਉਸਦੇ ਕਰਕੇ ਪਾਪਾ ਨੇ ਜਲਦੀ ਜਲਦੀ ਗੇਟ ਬੰਦ ਕਰਨ ਲੱਗੇ, ਪਰ ਉਹਨਾਂ ਨੂੰ ਧੱਕਾ ਮਾਰ ਕੇ ਅੰਦਰ ਲੈ ਗਏ ਸੀਗੇ, ਅਤੇ ਉਹਨਾਂ ਨੂੰ ਮੰਜੇ 'ਤੇ ਪਾ ਕੇ ਬਿਠਾ ਕੇ, ਅਤੇ ਉਹਨਾਂ ਨੂੰ ਕੁੱਟਿਆ ਮਾਰਿਆ, ਠੀਕ ਹੈ, ਬਾਕੀ ਅਤੇ ਖਿੱਚ ਕੇ ਅੰਦਰ ਲੈ ਗਏ ਕਮਰੇ ਦੇ ਵਿੱਚ ਕਿ ਦੱਸੋ ਕਿ ਉਹਨੇ ਤੁਹਾਡਾ ਗਹਿਣਾ ਗੱਟ ਕਿੱਥੇ ਪਿਆ, ਪੈਸੇ ਕਿੱਥੇ ਪਏ ਆ। ਅਤੇ ਜਦੋਂ ਮੈਂ ਆਇਆ, ਮੈਂ ਸੋ ਰਿਹਾ ਸੀਗਾ, ਉਦੋਂ ਮੈਨੂੰ ਦੀਦੀ ਨੇ ਆ ਕੇ ਦੱਸਿਆ ਕਿ ਪਾਪਾ ਦੇਖੀ ਜਾ ਕੇ ਨਾ ਬਾਹਰ ਆਵਾਜ਼ਾਂ ਆ ਰਹੀਆਂ, ਅਤੇ ਮੈਂ ਜਾ ਕੇ ਦੇਖਿਆ ਕਿ ਬਾਹਰ ਆਵਾਜ਼ਾਂ ਆ ਰਹੀਆਂ, ਅਤੇ ਮੈਂ ਅੰਦਰ ਆਇਆ ਰੂਮ ਦੇ ਵਿੱਚ, ਅਤੇ ਦੇਖਿਆ ਕਿ ਪਾਪਾ ਨੂੰ ਫੜ ਕੇ ਖੜ੍ਹੇ ਹੋਏ ਨੇ ਲੋਕ, ਅਤੇ ਮੈਂ ਉਹਨਾਂ ਨੂੰ ਗਾਲਾਂ ਗੁਲਾਂ ਕੱਢੀਆਂ ਥੋੜ੍ਹੀਆਂ ਜਿਹੀਆਂ, ਅਤੇ ਉਹਨਾਂ ਨੂੰ ਗਾਲਾਂ ਗੁਲਾਂ ਕੱਢ ਕੇ ਫਿਰ ਮੈਂ ਉਹਨਾਂ ਨੂੰ ਮਾਰਨ ਲੱਗਾ, ਅਤੇ ਪਰ ਉਹ ਭੱਜ ਗਏ ਸੀਗੇ, ਅਤੇ ਨਾਲ ਨਾਲ ਮੇਰੇ ਵੀ ਸੱਟ ਫੇਟ ਮਾਰ ਗਏ, ਅਤੇ ਉਹਨਾਂ ਕੋਲ ਰੋਡ ਸੀਗੀ, ਇੱਕ ਦੇ ਕੋਲ ਗਨ ਸੀਗੀ, ਅਤੇ ਕਾਫੀ ਕੁਛ ਜ਼ਿਆਦਾ ਕਿ ਮਾਰਨ 'ਤੇ ਹੀ ਤਾਦਾਦ ਵਿੱਚ ਆਏ ਸੀਗੇ। ਸਮਾਨ ਕੀ ਲੈ ਗਏ? ਸਮਾਨ ਉਹ ਸਰ ਗੋਲਡ ਵਗੈਰਾ ਲੈ ਕੇ ਗਏ ਆ। ਗੋਲਡ ਸੀਗਾ ਸਰ, 3-3 ਤੋਲੇ ਸੀਗੇ, 3-4 ਤੋਲੇ ਤੱਕ ਦਾ। ਹੋਰ ਨਹੀਂ ਸੀਗਾ ਸਰ, ਪੈਸੇ ਵਗੈਰਾ ਨਹੀਂ ਕੁਛ, ਮੰਮੀ ਦੇ ਹੱਥ 'ਚ ਪਾਏ ਹੋਏ ਸੀਗੇ ਗੋਲਡ ਵਗੈਰਾ, ਉਹ ਹੀ ਖੋਹ ਕੇ ਲੈ ਕੇ ਗਏ। ਸੱਟਾਂ ਕਿਹਦੇ ਕਿਤੇ ਮਾਰ ਕੇ ਗਏ? ਸੱਟਾਂ ਮੇਰੇ ਫਾਦਰ ਦੇ ਅਤੇ ਮੇਰੇ ਖੁਦ ਦੇ ਮਾਰ ਕੇ ਗਏ ਰਹੇ ਹੈ। ਘਰ 'ਚ ਚਲਾਉਂਦੇ ਕਲੀਨਿਕ? ਪਾਪਾ ਘਰ 'ਚ ਵੀ ਚਲਾਉਂਦੇ, ਅਤੇ ਉਹਨਾਂ ਦਾ ਖੁਦ ਦਾ ਕਲੀਨਿਕ ਵੀ ਹੈ, ਉਹ ਮੇਨ ਰੋਡ 'ਤੇ ਆ ਰਿਹਾ। ਇਹ ਰਾਤ ਨੂੰ ਐਮਰਜੈਂਸੀ ਵਾਸਤੇ? ਐਮਰਜੈਂਸੀ ਲਈ ਹੁੰਦਾ ਹੈ, ਰਾਤ ਨੂੰ ਜਿਵੇਂ ਕਿ ਕੋਈ ਜ਼ਿਆਦਾ ਤਕਲੀਫ 'ਚ ਹੈ ਉਸ ਦੇ ਲਈ ਹੁੰਦਾ ਹੈ।